ਪੰਜਾਬ ਸਰਕਾਰ ਦੇ ਵੱਲੋਂ ਸਾਰੇ ਪੰਜਾਬ ਵਿੱਚ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਜਾਰੀ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਸਨ। ਜੇਕਰ ਗੱਲ ਨਾਭਾ ਦੀ ਕਰੀਏ ਤਾਂ ਨਾਭਾ ਵਿੱਚ ਵੀ ਪੰਜਾਬ ਸਰਕਾਰ ਦੇ ਹੁਕਮਾਂ ਦੀ ਇਨ ਬਿਨ ਪਾਲਣਾ ਕਰਵਾਈ ਜਾ ਰਹੀ ਹੈ। ਜ਼ਿਲ੍ਹਾ ਮੁਖੀ SSP ਪਟਿਆਲਾ ਸ਼੍ਰੀ ਬਿਕਰਮਜੀਤ ਦੁੱਗਲ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਨਾਭਾ ਪੁਲਿਸ ਵੱਲੋਂ ਵੀ ਰਾਤ 10 ਵਜੇ ਤੋਂ ਬਾਅਦ ਹਰ ਵਹੀਕਲ ਦੀ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ। ਹਰ ਆਉਣ ਜਾਣ ਵਾਲੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹੋਸਪਿਟਲ ਐਮਰਜੈਂਸੀ ਸੇਵਾਵਾਂ ਨੂੰ ਨਿਰਵਿਘਨ ਜਾਣ ਦਿੱਤਾ ਜਾ ਰਿਹਾ ਹੈ। ਮਾਸਕ ਨਾ ਪਾਉਣ ਵਾਲਿਆਂ ਅਤੇ ਸੋਸ਼ਲ ਡਿਸਟੈਂਸਿੰਗ ਨਾ ਰੱਖਣ ਵਾਲਿਆਂ ਦੇ ਚਲਾਨ ਵੀ ਕੀਤੇ ਜਾ ਰਹੇ ਨੇ। ਹਾਂਜੀ ਸਰ ਜੀ, ਅਸੀਂ ਹੋਸਪਿਟਲ 'ਚੋਂ ਆ ਰਹੇ ਸੀਗੇ, ਸਾਡੇ ਰਿਲੇਟਿਵ ਉੱਥੇ ਸੀਗੇ ਹੋਸਪਿਟਲ 'ਚ, ਇੱਧਰੋਂ ਆ ਰਹੇ ਹੋਸਪਿਟਲ 'ਚ ਜੀ। ਸਾਡੀ ਕੋਈ ਮਜਬੂਰੀ ਹੈ ਤਾਂ ਆਇਆ ਜੀ, ਹੁਣ ਘਰ ਚੱਲਿਆ, ਆਪਣਾ ਘਰ ਦੇ ਨਾਲ ਆ ਜਸਪਾਲ ਕਲੋਨੀ 'ਚ ਬੋੜਾ ਗੇਟ ਦੇ ਨਾਲ ਜੀ। ਹੁਣ ਕਿੱਥੇ ਜਾ ਰਹੇ ਜੀ? ਘਰੇ ਸਰ ਜੀ, ਅਸੀਂ ਸਕਦੇ ਹਾਂ ਨਾਲ ਸਾਡਾ ਜਸਪਾਲ ਕਲੋਨੀ ਦਾ ਜੀ। ਕਰਫਿਊ ਲੱਗਿਆ ਹੈ ਤੁਸੀਂ ਹੁਣ ਇਸ ਟਾਈਮ ਬਾਹਰ? ਫਿਰ ਗਲਤੀ ਹੈ ਸਾਡੀ ਸਰ। ਹੈ ਜੀ, ਗਲਤੀ ਹੈ ਜੀ। ਕਿੱਥੋਂ ਆ ਰਹੇ ਹੋ ਜੀ? ਅਸੀਂ ਕੰਮ ਮਿਸਤਰੀ ਦਾ ਕਰਦੇ ਸਰ ਜੀ। ਅੱਜ ਸਾਡਾ ਮਸਾਲਾ ਵੱਧ ਗਿਆ ਜੀ, ਨਹੀਂ ਤਾਂ ਅਸੀਂ 5:30 ਵਜੇ ਲੰਘ ਜਾਂਦੇ। ਹੁਣ ਕਿੱਥੇ ਜਾ ਰਹੇ ਸੀਗੇ? ਹੁਣ ਅਸੀਂ ਘਰਾਂ ਨੂੰ ਜਾ ਰਹੇ ਹਾਂ ਬਤੇ ਜੀ। ਪਾਲਣਾ ਦੇਖੋ ਜੀ, ਅੱਜ ਪਹਿਲੇ ਦਿਨ ਲੱਗਿਆ, ਨਵਾਂ ਲੱਗਿਆ। ਇਸ ਮੁਤਾਬਕ ਅਸੀਂ ਦੇਖ ਰਹੇ ਹਾਂ, ਲੋਕਾਂ ਨੂੰ ਜਾਣੂ ਕਰਾ ਰਹੇ ਹਾਂ ਇਸ ਗੱਲ ਤੋਂ ਵੀ ਜਿਹੜਾ ਸਰਕਾਰ ਨੇ ਦੁਬਾਰਾ ਕਰਫਿਊ ਲਾਗੂ ਕਰਤਾ, ਪਰ ਲੋਕ ਫਿਲਹਾਲ ਤਾਂ ਜੇ ਇਸ ਗੱਲ ਨੂੰ ਸਮਝਣ ਤੋਂ ਨਹੀਂ, ਠੀਕ ਤਰੀਕੇ ਨਾਲ ਸਮਝ ਨਹੀਂ ਰਹੇ। ਪਰ ਉਹਨਾਂ ਨੂੰ ਅਹਿਸਾਸ ਕਰਾਵਾਂਗੇ ਅਸੀਂ ਵੀ ਸਰਕਾਰ ਨੇ ਇਹ ਚੀਜ਼ ਦੁਬਾਰਾ ਲਾਗੂ ਕਰਤੀ ਹੈ, ਪਰ ਲੋਕਾਂ ਦੇ ਮਨਾਂ 'ਚ ਇਹ ਗੱਲ ਨਹੀਂ, ਅਜੇ ਕਲੀਅਰ ਨਹੀਂ ਹੋਈ। ਅਤੇ ਦੇਖਦੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿੱਦਾਂ ਵੀ ਹੋ ਸਕਦਾ। ਉਹ ਤਾਂ ਫਿਰ ਜਿਹੜੇ ਜ਼ਰੂਰੀ ਨੇ, ਜਿਹੜਾ ਕੋਈ ਡਿਊਟੀ ਜਾ ਰਿਹਾ, ਕੋਈ ਕਾਗਜ਼ਾਤ ਦਿਖਾ ਰਿਹਾ ਸਾਨੂੰ ਵੀ ਅਸੀਂ ਡਿਊਟੀ ਚੱਲਿਆ, ਜਿਹਦੀ ਡਿਊਟੀ ਲੱਗੀ ਆ, ਕੋਈ ਸਰਕਾਰੀ ਆ, ਜਿਵੇਂ ਕੋਈ ਹੋਸਪਿਟਲ ਦੀ ਡਿਊਟੀ ਆ, ਜਿੱਦਾਂ ਕੋਈ ਮਿਊਂਸਪਲ ਦੀ ਡਿਊਟੀ ਆ, ਉਹਨਾਂ ਨੂੰ ਭੇਜਿਆ ਜਾ ਰਿਹਾ। ਉਹਨਾਂ ਨੂੰ ਤਾਂ ਵੈਸੇ ਉਹ ਤਾਂ ਉਹਨਾਂ ਵਾਸਤੇ ਤਾਂ ਜਿਹੜਾ ਕੋਈ ਐਮਰਜੈਂਸੀ ਆ, ਜੇ ਕੋਈ ਮਰੀਜ਼ ਆ ਨਾ, ਉਹਨਾਂ ਨੂੰ ਤਾਂ ਅਸੀਂ ਭੇਜਣਾ ਹੀ ਬਣਨਾ। ਬਾਕੀ ਹੋਰ ਕੋਈ ਚਲਾਨ ਵਗੈਰਾ ਵੀ ਕੀਤੇ ਜਾ ਰਹੇ ਆ ਕਿ ਨਹੀਂ, ਜਿਹੜੇ ਕੋਈ ਮਤਲਬ ਕਿ ਕਾਨੂੰਨ ਦੀ ਪਾਲਣਾ ਨਹੀਂ ਕਰ ਰਹੇ? ਹਾਂ ਬਿਲਕੁਲ ਕੀਤੇ ਜਾ ਰਹੇ। ਕਿੰਨੇ ਤੁਸੀਂ ਚਲਾਨ ਕਰ ਦਿੱਤੇ ਹੁਣ? ਨਹੀਂ, ਫਿਲਹਾਲ ਤਾਂ ਜੇ ਸ਼ੁਰੂ ਹੋਇਆ, ਅਸੀਂ ਕੀਤਾ, ਅਸੀਂ ਇੱਕ ਚਲਾਨ ਕੀਤਾ ਜੇ, 1,000 ਰੁਪਏ ਦਾ ਫਾਈਨ ਕੀਤਾ ਉਹਨਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ, ਅਤੇ ਉਹਦੇ 'ਚ ਉਹਨੂੰ ਰਸੀਦ ਦੇਤੀ ਆ। ਨਾਭਾ ਤੋਂ ਚੇਤਨ ਮਹਿਤਾ ਦੀ ਰਿਪੋਰਟ।